ਇਸਨੇ ਕਿ ਉਹਨਾਂ ਦੇ ਯਾਰ 30 ਰੁਪਏ ਤੋਂ ਨਾ ਕਵਰ ਸਟਾਰਟ ਹੋ ਜਾਂਦੇ ਨੇਗੇ ਫੋਨਸ ਦੇ ਕੋਈ ਮਰਜ਼ੀ ਫੋਨ ਹੋਵੇ ਦੇਖੋ ਜੀ ਜੈਵੀਰ ਨੇ ਹਾਸਿਲ ਕੀਤੇ 97.4% ਅੰਕ ਬਣਨਾ ਚਾਹਤਾ ਹੈ ਇੰਜੀਨੀਅਰ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹਾਂ ਯਾਰ ਮੈਨੂੰ ਦੱਸ ਤਾ ਦੋ ਪੇਪਰ ਕਿੱਥੇ ਹੋਏ ਨੇ ਜਿਹੜੇ ਇਹਨਾਂ ਨੇ 97% ਲੈ ਲਏ ਕੀ ਹਾਲ ਹੈ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਯਾਰ ਤੁਸੀਂ ਸਾਰੇ ਵਧੀਆ ਹੋਵਾਂਗੇ ਅਤੇ ਮੈਂ ਵੀ ਬਹੁਤ ਵਧੀਆ ਜੀ ਸੋ ਹੁਣ ਵੱਜੇ ਨੇ 9 ਅਤੇ ਮੈਂ ਜਦੋਂ ਸਵੇਰੇ ਉੱਠਿਆ ਹਾਲੇ ਤੁਸੀਂ ਦੇਖ ਸਕਦੇ ਹੋ ਹਾਲੇ ਉੱਠਿਆ ਮੈਂ ਨਹਾਇਆ ਨਹੁਆ ਕੁਛ ਨਹੀਂ ਕੀਤਾ ਵੀਰਾ ਉੱਪਰ ਨਹਾਉਣ ਗਿਆ ਅਤੇ ਇੱਧਰ ਮੰਮੀ ਹੋਰੇ ਆ ਦੇਖੋ ਇੱਧਰ ਉਹ ਦੇਖੋ ਦੇਖ ਰਹੇ ਹਾਂ ਇਹ ਯਾਰ ਕੱਪੜੇ ਧੋ ਰਹੇ ਸੀਗੇ ਸਵੇਰੇ ਸਵੇਰੇ ਉੱਠਿਆ ਜਦੋਂ ਮੈਂ ਸ਼ੁਭੂ ਆਪਣਾ ਖੇਡਾਂ ਪਾ ਰਿਹਾ ਹੈਗਾ ਹੁਣ ਉਹਦੇ ਨਾਲ ਵੀ ਮਿਲਾਉਣਾ ਮੈਂ ਆ ਦੇਖੋ ਨਾਨੀ ਨਾਲ ਖੇਡਾਂ ਪਾ ਰਿਹਾ ਆ ਦੇਖੋ ਭਈਆ ਕਿਆ ਕਰ ਰਹੇ ਹੋ ਆਪ ਇਤਨੀ ਦੇਰ ਹੋ ਗਈ ਔਰ ਵੋ ਵੀ ਬਾਥਰੂਮ ਮੇ ਯਾਰ ਛੇਤੀ ਆ ਮੈਂ ਵੀ ਨਹਾਉਣਾ ਹੈਗਾ ਫਿਰ ਜਾਣਾ ਹੈਗਾ ਸੋ ਯਾਰ ਹੁਣ ਤੁਸੀਂ ਦੇਖ ਲਿਆ ਸਾਰੇ ਆਪਣੇ ਆਪਣੇ ਕੰਮ ਲੱਗੇ ਨੇ ਅਤੇ ਮੈਂ ਤੁਹਾਡੇ ਨਾਲ ਲੱਗਿਆ ਹੋਇਆ ਜੇ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਉ ਜੀ ਸੋ ਮੇਰੇ ਯਾਰ ਫੇਸ 'ਤੇ ਨਾ ਜਾਇਆ ਕਰੋ ਮੇਰਾ ਫੇਸ ਇੱਦਾਂ ਦਾ ਹੀ ਹੈ ਯਾਰ ਕਈਆਂ ਨੇ ਮੈਨੂੰ ਕਮੈਂਟ ਕੀਤੇ ਕਹਿੰਦੇ ਬਾਈ ਤੂੰ ਯਾਰ ਤੁਹਾਠੇ ਹੀ ਬਣਾਉਣ ਲੱਗੇ ਨੇ ਗੱਲ ਯਾਰ ਐਵੇਂ ਵਲੋਗ ਦੀ ਸਟਾਰਟਿੰਗ ਹੀ ਯਾਰ ਸਵੇਰ ਤੋਂ ਹੋ ਜਾਂਦੀ ਹੈ ਹੁਣ ਆਪਾਂ ਕਰਦੇ ਹਾਂ ਹੁਣ ਮੈਂ ਪਹਿਲਾਂ ਸਭ ਤੋਂ ਪਹਿਲਾਂ ਨਹਾਉਣ ਜਾਊਂਗਾ ਫਿਰ ਪਰੌਂਠੀ ਖਾਊਂਗਾ ਫਿਰ ਯਾਰ ਆਪਾਂ ਕਰਦੇ ਹਾਂ ਗੱਲਾਂ ਬਾਤਾਂ ਯਾਰ ਵੈਲਕਮ ਬੈਕ ਟੂ ਮਾਈ ਚੈਨਲ ਗਾਈਸ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅ ਫਿਊ ਮੋਮੈਂਟਸ ਲੇਟਰ ਕੋਈ ਮੈਂ ਹਾਲੇ ਤੱਕ ਨਹਾਇਆ ਨਹੀਂ ਤੇ ਇੱਧਰ ਸ਼ੇਠ ਜੀ ਨਹਾਉਣ ਲੱਗ ਗਏ ਸਾਡੇ ਸ਼ੁਭੂ ਹੈਲੋ ਹੈਲੋ ਏ ਏ ਸ਼ਾਮ ਨੂੰ ਲੱਗੂਦਾ ਇਧਰ ਚੱਲ ਰਹੀ ਆ ਡੀਟਿੰਗ ਤੇ ਤੁਹਾਨੂੰ ਯਾਰ ਪਤਾ ਲੱਗ ਹੀ ਜਾਊ ਅਗਲੇ ਤੇ ਸਪੈਸ਼ਲ ਜਗ੍ਹਾ ਤੇ ਲੈ ਕੇ ਚੱਲਿਆ ਤੁਹਾਨੂੰ ਸਾਰੇ ਉੱਥੇ ਜਾਣੇ ਜ਼ਰੂਰ ਦੇਖਿਓ ਅਸੀਂ ਹੁਣ ਚੱਲ ਪਏ ਹਾਂ ਜੀ ਤੇ ਉਹ ਯਾਰ ਗੱਡੀ ਤਾਂ ਬੜੀ ਗੰਦੀ ਹੋਈ ਪਈ ਹੈ ਆਹ ਦੇਖੋ ਯਾਰ ਕਹਿੰਦੇ ਹੁਣ ਅਸੀਂ ਚੱਲ ਪਏ ਹਾਂ ਜੀ ਤੇ ਗੱਡੀ ਦਾ ਬੁਰਾ ਆਪਾਂ ਬੁਰਾ ਹਾਲ ਆ ਦੇਖੋ ਹੁਣ ਮੈਂ ਯਾਰ ਪਹਿਲਾਂ ਇਹਨੂੰ ਸਾਫ਼ ਕਰ ਲੈਂਦਾ ਫਿਰ ਗੰਦੀ ਜਾਂਦੀ ਬੁਰੀ ਜੀ ਨਹੀਂ ਲੱਗਦੀ ਹੈ ਨਾ ਫਿਰ ਦੇਖੋ ਬਾਈ ਕੰਮ ਮਾਰ ਰੱਖਿਆ ਆਪਾਂ ਨੇ ਮੈਂ ਤਾਂ ਬਾਹਰੋਂ ਮਾਰ ਕੇ ਹਟ ਗਿਆ ਹੁਣ ਕਰਕੇ ਘਰਦੇ ਕਹਿੰਦੇ ਵੀ ਆਪਾਂ ਨਾ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਉਂਦੇ ਹਾਂ ਤੇ ਹੁਣ ਆਪਾਂ ਉੱਥੇ ਚੱਲਦੇ ਹਾਂ ਜੀ ਦੇਖੋ ਮੀਂਹ ਬੜਾ ਤੇਜ਼ ਹੋ ਗਿਆ ਘਰੇ ਕੱਪੜੇ ਸੁੱਕੜੇ ਪਏ ਨਾਰੇ ਗਿੱਲੇ ਨਹੀਂ ਕਿੰਨਾ ਸੋਹਣਾ ਲੱਗ ਰਿਹਾ ਨਾ ਸਰੋਵਰ ਚ ਗਾਈਜ਼ ਮੱਥਾ ਟੇਕ ਆਏ ਹਾਂ ਅਤੇ ਲੰਗਰ ਛਕੇ ਆਏ ਹਾਂ ਅਤੇ ਜਦੋਂ ਬਾਹਰ ਆ ਕੇ ਦੇਖਿਆ ਪਹਿਲਾਂ ਇੰਨੀ ਤੇਜ਼ ਮੀਂਹ ਪੈ ਰਿਹਾ ਸੀ ਤੁਸੀਂ ਦੇਖਿਆ ਹੋਣਾ
ਤੇ ਹੁਣ ਦੇਖੋ ਕਿੰਨੀ ਧੁੱਪ ਚੜੀ ਹੋਈ ਹੈ, ਫੁੱਲ ਧੁੱਪ ਚੜੀ ਹੋਈ ਹੈ ਜੀ, ਗਰਮੀ ਫੇਰ ਓਦਾਂ ਹੀ ਹੋ ਗਈ ਜਿੱਦਾਂ ਪਹਿਲਾਂ ਸੀ। ਉਰੇ ਉਰੇ ਤੱਕ ਛਾਂ ਹੈਗੀ, ਅੱਗੇ ਫੇਰ ਧੁੱਪ ਆ ਗਈ ਹੈ। ਪਤਾ ਸਾਰਿਆਂ ਨੂੰ ਨਹੀਂ, ਮੈਂ ਦੱਸ ਨਹੀਂ ਸਕਦਾ ਫਿਰ ਇਹਨਾਂ ਨੂੰ, ਨਹੀਂ ਦੱਸ ਸਕਦਾ। ਆਹੋ ਉਹ ਕਿੰਨੀ ਸੋਹਣੀ ਹਵਾ ਚੱਲ ਰਹੀ ਹੈ ਮੰਮਾ, ਤੁਰ ਕੇ ਜਾਣ ਦਾ ਬਹੁਤ ਨਜ਼ਾਰਾ ਯਾਰ। ਗੱਡੀ ਰੋਕ ਦੇਣਾ, ਉਤਰ ਜਾਓ, ਚੱਲੀ ਮੰਮਾ ਤੁਰ ਕੇ। ਹੁਣ ਮੈਂ ਚੱਲ ਪਿਆ ਜੀ ਦੋਸਤ ਦੇ ਘਰੇ, ਤੇ ਵੀਡੀਓ ਪੋਸਟ ਕਰਨ ਲਈ ਹੋਈ ਹੈਗੀ, ਟਾਈਟਲ ਟੂਟਲ ਲਿਖਣਾ ਹਲੇ, ਤੇ ਉਹਦੇ ਘਰੇ ਵਾਈਫਾਈ ਲੱਗਿਆ ਤਾਂ ਕਰਕੇ ਮੈਂ ਉਹਦੇ ਘਰੇ ਪੋਸਟ ਕਰਨ ਜਾ ਰਿਹਾ। ਹੁਣ ਦਿਖਾਉਂਦੇ ਹਾਂ, ਦੇਖੋ ਜੀ ਵੀਡੀਓ ਅਪਲੋਡ ਲੱਗ ਗਈ ਹੈ, ਤੇ ਬਸ ਅਪਲੋਡਿੰਗ ਕੰਪਲੀਟ ਤਾਂ ਹੋ ਗਈ ਹੈ। ਅੱਗੇ ਘਰੇ ਆ ਗਿਆ ਜੀ ਮੈਂ, ਤੇ ਹੁਣ ਥੋੜ੍ਹੇ ਕੁ ਯਾਰ ਚਿਰ ਬਾਅਦ, ਮਤਲਬ ਕਿ ਲਾ ਲਓ 15-20 ਮਿੰਟ ਬਾਅਦ, ਹੁਣ ਰੋਟੀ ਰੋਟੀ ਖਾ ਲਈਏ, ਕਿਉਂਕਿ ਯਾਰ ਭੁੱਖ ਜਿਹੀ ਲੱਗੀ ਜਾਂਦੀ ਹੈ। ਤੁਸੀਂ ਕਹੋਗੇ ਵੀ ਹੁਣ ਉੱਥੇ ਵੀ ਖਾ ਕੇ ਆਇਆ, ਉਹ ਫਿਰ ਤੁਹਾਨੂੰ ਪਤਾ ਯਾਰ ਪੰਜਾਬੀਆਂ ਦਾ ਖਾਣ ਬਾਰ ਬਾਰ 2-2 ਘੰਟਿਆਂ ਬਾਅਦ ਕੁਛ ਨਾ ਕੁਛ ਖਾਣਾ ਹੀ ਹੁੰਦਾ। ਤੇ ਤੁਸੀਂ ਦੇਖਿਆ ਕਿੰਨਾ ਸਾਰਾ ਮੀਂਹ ਪਿਆ, ਪਰ ਉਰੇ ਆ ਦੇਖੋ ਸਾਰੇ ਕੱਪੜੇ ਸੁੱਕ ਗਏ, ਕੋਈ ਮੀਂਹ ਨਹੀਂ। ਪਹਿਲਾਂ ਯਾਰ ਮੈਂ ਥੋੜ੍ਹੀ ਦੇਰ ਸੋ ਲਵਾਂ, ਤੇ ਫਿਰ ਆਪਾਂ ਚੱਲਦੇ ਹਾਂਗੇ। ਸ਼ੁਭੂ ਤੂੰ ਵੀ ਜਾਏਗਾ, ਤੂੰ ਵੀ ਜਾਏਗਾ ਹੈਂ? ਭਾਈ ਕਹਿੰਦਾ ਵੀ ਉਧਰ ਫੋਨ ਦਾ ਕਵਰ ਜਿਹਾ ਲੈਣ ਜਾਣਾ ਹੈਗਾ, ਤੇ ਤੁਹਾਨੂੰ ਵੀ ਦਿਖਾਉਣਾ ਯਾਰ ਉਹ ਦੁਕਾਨ। ਅੱਜ ਬਹੁਤ ਯਾਰ ਉਹਨਾਂ ਦੇ ਚੀਪ ਜੇ ਪ੍ਰਾਈਜ਼ ਨੇ ਗੇ, ਉਹਨਾਂ ਦੇ ਯਾਰ 30 ਰੁਪਏ ਤੋਂ ਨਾ ਕਵਰ ਸਟਾਰਟ ਹੋ ਜਾਂਦੇ ਨੇ ਗੇ ਫੋਨਸ ਦੇ, ਕੋਈ ਮਰਜ਼ੀ ਫੋਨ ਹੋਵੇ। ਐਪਲ ਦੇ ਹੋ ਜਾਂਦੇ ਨੇ 100 ਰੁਪਏ ਤੋਂ, ਤੇ ਬਹੁਤ ਵਧੀਆ ਕੁਆਲਿਟੀ ਅਗਲਾ ਦੀ। ਸੋ ਆਪਾਂ ਨੂੰ ਚੋਣ ਲੈ ਕੇ ਚੱਲਦੇ ਹਾਂ। ਗੇਟ ਖੁੱਲ੍ਹਾ ਹੀ ਰਹਿ ਗਿਆ, ਖੜ ਜਾਓ ਯਾਰ। ਚਲੋ ਗਾਇਸ, ਤੁਸੀਂ ਦੇਖੋ ਜੀ ਇੱਕ ਵਾਰ, ਆਹ ਦੇਖੋ ਯਾਰ ਮੌਸਮ ਦੇਖੋ ਯਾਰ ਅੱਜ। ਕੈਨੇਡਾ ਵਾਲੇ ਬੱਦਲ ਆ ਗਏ ਬਾਈ, ਕੈਨੇਡਾ ਵਾਲੇ ਬੱਦਲ ਆ ਗਏ ਨੇ ਸੰਗਰੂਰ ਦੇ ਵਿੱਚ ਯਾਰ, ਇੰਨਾ ਸੋਹਣਾ ਮੌਸਮ ਹੋਇਆ ਪੈ ਰਿਹਾ ਯਾਰ, ਅੱਜ ਨਜ਼ਾਰਾ ਆ ਗਿਆ। ਗਾਇਸ ਤੁਹਾਨੂੰ ਇਹ ਦੁਕਾਨ ਦਾ ਐਡਰੈਸ ਦੱਸ ਦਿੰਦਾ ਮੈਂ, ਇਹ ਦੁਕਾਨ ਹੈਗੀ ਹੈ ਯਾਰ ਸੰਗਰੂਰ ਦੇ ਵਿੱਚ, ਬੱਸ ਸਟੈਂਡ ਦੇ ਲਾਗੇ ਹੀ ਨਾ, ਨਾਲਾ ਕਹਿੰਦੇ ਨੇ। ਹੁਣ ਯਾਰ ਐਡਰੈਸ ਹੀ ਇਹ ਜੇ ਤਾਂ ਮੈਂ ਕਿਵੇਂ ਦੱਸੂੰਗਾ ਜੀ, ਅਤੇ ਨਾਲੇ ਦੇ ਨਾਲ ਨਾ ਇੱਕ ਅੰਦਰ ਜੇ ਜਾ ਕੇ ਦੁਕਾਨ ਹੈਗੀ, ਅਤੇ ਉੱਥੇ ਇਹ ਦੁਕਾਨ, ਅਤੇ ਜੇ ਤੁਹਾਨੂੰ ਯਾਰ ਲੈਣਾ ਹੋਵੇ ਸੰਗਰੂਰ ਤਾਂ ਉਰੇ ਆ ਕੇ ਫੋਨ ਯਾਰ ਫੋਨ ਦੇ ਕਵਰ ਲੈ ਸਕਦੇ ਹੋ ਤੁਸੀਂ, ਬਹੁਤ ਹੀ ਵਧੀਆ ਨੇ ਯਾਰ। ਤੁਹਾਨੂੰ ਦਿਖਾਉਂਦਾ ਬਾਕੀ ਰਸਤੇ 'ਚ, ਬਸ ਇੱਧਰ ਹੀ ਹੈ, ਆਹ ਇੱਧਰ ਉਰੇ ਲਾ ਲਓ ਢੱਠੇ ਦੇ ਨਾਲ। ਨਹੀਂ ਨਹੀਂ ਅੱਗੇ ਲਾ, ਅੱਗੇ ਕਿੱਥੇ ਲਾਉਂਗੇ, ਉਰੇ ਲਾ ਦੋ ਨਾ ਮੋਚੀ ਤੋਂ ਲਾਗੇ। ਇਹਦੇ ਨਾਲ ਹੀ ਨਾ ਲੋਗੋ ਆ ਤਾਂ, ਹਾਂ ਕਿਹੜਾ ਲੈਣਾ ਦੇਖੋ। ਕਵਰ ਪਸੰਦ ਨੀ ਆਇਆ ਹੈਗੇ ਉੱਥੇ, ਤੇ ਕਹਿੰਦੇ ਵੀ ਉਰੇ ਨੀ ਲੈਣੇ ਹੈਗੇ, ਵੀ ਹੋਰ ਕਿਤੇ ਦੁਕਾਨ ਤੇ ਚੱਲਦੇ ਆ ਯਾਰ। ਸਸਤੇ ਤਾਂ ਹੈਗੇ ਸੀ ਯਾਰ, ਪਰ ਕੁਆਲਿਟੀ ਨੀ ਹੈਗੀ, 4 ਹੀ ਕਵਰ ਸੀਗੇ ਯਾਰ Note 6 Pro ਦੇ, ਹੋਰ ਹੈ ਹੀ ਨਹੀਂ ਸੀਗੇ। ਫਿਰ ਅਸੀਂ ਕਿਹਾ ਵੀ ਹੋਰ ਤੇ ਦੁਕਾਨ ਤੋਂ ਲੈ ਲਾਂਗੇ। ਸੋ ਗਾਇਸ ਹੁਣ ਜੀ ਆਪਾਂ ਨਾ ਕੋਲਾ ਪਾਰਕ 'ਚ ਪਹੁੰਚ ਗਏ ਸੰਗਰੂਰ ਦੇ, ਤੇ ਆਪਾਂ ਇੱਥੇ ਦੇਖ ਲੈਂਦੇ ਹਾਂ ਯਾਰ, ਜੇ ਕੋਈ ਪਸੰਦ ਆਉਂਦਾ ਵੀਰੇ ਨੂੰ ਫਿਰ ਆਪਾਂ ਲੈ ਲੈਣਾ ਹੈਗਾ। ਇਹਨਾਂ ਦੇ ਪੁੱਛਦੇ ਹਾਂ ਯਾਰ ਜਿਹੜੇ PV 13 ਵਾਲੇ ਮੋਬਾਈਲ ਹੱਬ ਵਾਲੇ ਨੇ ਕੋਲਾ ਪਾਰਕ 'ਚ। ਕੋਲਾ ਪਾਰਕ 'ਚ ਵਾਪਸ ਆ ਗਏ ਯਾਰ, ਕਿਤੇ ਵੀ ਕਵਰ ਪਸੰਦ ਨਹੀਂ ਆ ਰਹੇ, ਕਿਉਂਕਿ ਸਾਡੇ ਕਹਿੰਦੇ ਯਾਰ ਬਹੁਤ ਪੁਰਾਣਾ ਹੋ ਚੁੱਕਿਆ ਫੋਨ, ਕੰਪਨੀ ਨੇ ਬਣਾਉਣੇ ਬੰਦ ਕਰਤੇ। ਆਈ ਯਾਰ ਸੋਚੋ ਯਾਰ, ਸਬਸਕ੍ਰਾਈਬ ਕਰੋ ਨਵੇਂ ਨਾ ਹਰਾ ਯਾਰ, ਦੇਖੀ ਇੱਕ ਦਿਨ ਐਂ ਹੋ ਜਾਣਾ ਹੈਗਾ, ਸਾਰੇ ਕਵਰਾਂ 'ਤੇ ਸਾਰੇ 'ਤੇ ਕਿਤੇ ਛੇਦ, ਅਤੇ ਬਸ ਸਿੱਧਾ ਜਿੱਥੇ ਉਂਗਲ ਫੜਨੀਆਂ ਨੇ ਉੱਦਾਂ ਦਾ ਹੀ ਰਹਿ ਜੂਗਾ ਬਸ। ਸਹੀ ਗੱਲ ਆ, ਇੰਨੇ ਕੈਮਰੇ 6 ਕੈਮਰੇ ਦੇ ਰੱਖੇ ਨੇ, ਕਿਹੜਾ ਫੋਨ ਆ ਪਤਾ ਨਹੀਂ ਇਹ। ਭਾਈ ਜੇ ਤੁਹਾਨੂੰ ਪਤਾ ਤਾਂ ਯਾਰ ਕਮੈਂਟਾਂ 'ਚ ਜ਼ਰੂਰ ਦੱਸੋ। ਲਓ ਜੀ ਇੱਕ ਹੋਰ ਦੁਕਾਨ ਵਾਲੇ ਨੇ ਰਾਸਤਾ ਦਵਾ ਕੇ ਆ ਚੁੱਕੇ ਆ, ਜੋ ਕਿ ਯਾਰ ਬਹੁਤ ਹੀ ਕਲੋਲ ਹੋ ਰਹੀ ਹੈ, ਫੋਨ ਦੇ ਕਵਰਸ ਨਹੀਂ ਹੈਗੇ ਯਾਰ, ਦੁਨੀਆ ਖਤਮ ਹੋ ਗਈ ਕਵਰਸ ਬਣਾਉਣ ਕੇ ਲਈ, ਬੋਬੀ ਦੇ ਕਿਆ ਹਮ ਹੀ ਬਚੇ ਥੇ, ਸੋਚ ਕੇ ਰੱਖਿਆ ਤੁਮ ਲੋਕੋ ਨੇ ਯਾਰ, ਕਵਰ ਬਣਾਈਏ, ਕਵਰ ਨਹੀਂ ਲੈਣਾ ਹੈਗਾ ਯਾਰ। ਯਾਰ ਕੀ ਗੱਲ ਹੈ ਯਾਰ, ਉੱਥੇ ਮਿਲ ਰਹੇ ਸੀ 30-30 ਰੁਪਏ ਦਾ ਕਵਰ ਸੀ, ਅਤੇ ਬੱਸ ਸਟੈਂਡ ਦੇ ਨਾਲ ਤੁਹਾਨੂੰ ਮੈਂ ਦੱਸਿਆ, ਅਤੇ ਸਾਲਾ ਉੱਥੇ ਕਵਰਾਂ ਦੀ ਹੈ ਹੀ ਨਹੀਂ, ਜਾਣ ਪਛਾਣ ਹੀ ਨਹੀਂ ਹੈਗੀ।
ਮੈਂ ਕਵਰ ਤੁਸੀਂ ਕਹੋ ਕਵਰ ਸੀ ਤੁਸੀਂ ਵੀ ਤੁਹਾਨੂੰ ਮੈਂ ਫੋਟੋ ਦਿਖਾਈ ਹੈ ਵੀਡੀਓ 'ਚ ਪਿੱਛੇ ਦੇਖਿਆ ਹੋਣਾ ਤੁਹਾਨੇ ਉਹ ਯਾਰ ਕੀ ਸੀ ਕਵਰ ਸੀ ਯਾਰ ਉਹ ਭੈਣ ਜੋ ਐਪਲ ਦੇ ਹੈ ਗੋਲਡਨ ਗੋਲਡਨ ਸਾਈਡ 'ਤੇ ਲਾਈਨਾਂ ਲਾਈਆਂ ਹੋਈਆਂ ਐਮ ਫਿਰਦੇ ਨੇ ਕਵਰ ਨਾ ਐਮ ਆਈ ਵਾਲੀ ਕੰਪਨੀ ਵਿਕ ਗਈ ਹੁਣ ਯਾਰ ਗਾਈ ਛੇਤੀ ਛੇਤੀ 1000 ਸਬਸਕ੍ਰਾਈਬ ਕਰ ਦਿਓ ਅਸੀਂ ਫੋਨ ਲੈ ਲਈਏ ਪਹੁੰਚ ਗਏ ਜੀ ਅਤੇ ਅਖਬਾਰ ਸਵੇਰ ਦਾ ਪਿਆ ਸੀ ਮੈਂ ਸੋਚਿਆ ਅਖਬਾਰ ਅਖਬਾਰ ਹੀ ਪੜ੍ਹ ਲੈਂਦੇ ਹਾਂ ਅਤੇ ਤੁਹਾਨੂੰ ਮੈਂ ਕੁਛ ਦਿਖਾਉਣਾ ਆ ਦੇਖੋ ਦੇਖੋ ਜੀ ਜੈਵੀਰ ਨੇ ਹਾਸਿਲ ਕੀਏ 97.4% ਅੰਕ ਬਣਨਾ ਚਾਹਤਾ ਹੈ ਇੰਜੀਨੀਅਰ 95% ਅੰਕ ਲੈਣ ਵਾਲੀ ਆਸ਼ਿਤਾ ਬਣ ਰਹੀ ਹੈ ਬਣਨਾ ਚਾਹਤੀ ਹੈ ਡਾਕਟਰ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹਾਂ ਯਾਰ ਮੈਨੂੰ ਦੱਸ ਤਾਂ ਦਿਓ ਪੇਪਰ ਕਿੱਥੇ ਹੋਏ ਨੇ ਜਿਹੜੇ ਇਹਨਾਂ ਨੇ 97% ਲੈ ਲਏ ਅਸੀਂ ਕਿੱਥੇ ਗਏ ਅਸੀਂ ਕਿੱਥੇ ਗਏ ਮੈਨੂੰ ਆਹ ਤਾਂ ਦੱਸ ਦਿਓ ਸਾਡੀਆਂ ਫੋਟੋਆਂ ਨੇ ਆਈਆਂ ਮੇਰੇ ਵੀ ਯਾਰ ਆਏ ਸੀ ਆਪਣੀ ਮਿਹਨਤ ਦੇ ਨਾਲ ਆਪਣੀ ਮਿਹਨਤ ਦੇ ਨਾਲ ਲਏ ਸੀ ਮੈਨੇ ਉਦੋਂ ਤਾਂ ਫੋਟੋ ਲਾਏ ਨੀ ਮੰਨਿਆ ਯਾਰ ਪਰਸੈਂਟ ਆਪਣੇ 34 ਸੀਗੇ ਪਰ ਫਿਰ ਵੀ ਯਾਰ ਫੋਟੋ ਤਾਂ ਲਾਣੀ ਬਣਦੀ ਆ ਕਿਉਂਕਿ ਥੱਲੋਂ ਮੈਂ ਫਸਟ ਆਇਆ ਸੀਗਾ ਐ ਨੀ ਕਰਨਾ ਚਾਹੀਦਾ ਗੌਰਮੈਂਟ ਨੂੰ ਇਹ ਗੱਲ ਗਲਤ ਹੈ ਚਲੋ ਯਾਰ ਗਾਈ ਜੀ ਮੈਂ ਬਹੁਤ ਬਸ ਯਾਰ ਬਹੁਤ ਹੀ ਥੱਕ ਗਿਆ ਯਾਰ ਕਵਰ ਮਿਲਿਆ ਨਹੀਂ ਹੈਗਾ ਸਾਰਾ ਦਿਨ ਇੱਦਾਂ ਹੀ ਲੰਘਿਆ ਅਤੇ ਜੇ ਤੁਹਾਨੂੰ ਯਾਰ ਵਲੌਗ ਪਸੰਦ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾ ਦਿਓ ਜੀ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਵਧੀਆ ਲੱਗੀ ਤੁਹਾਨੂੰ ਸਾਰਿਆਂ ਨੂੰ ਲਵ ਯੂ ਆਲ ਜੀ ਸਾਰਿਆਂ ਨੂੰ